ਉੰਜ ਹੈ ਤਾਂ ਬਥੇਰੇ ਰਿਸ਼ਤੇ ਹੋਰਾਂ ਨਾਲ ਪਰ ਜਿਹੜਾ ਤੇਰੇ ਨਾਲ ਉਹ ਹੋਰਾਂ ਨਾਲ ਨਹੀਂ ਉੰਜ ਹੈ ਤਾਂ ਬਥੇਰੇ ਰਿਸ਼ਤੇ ਹੋਰਾਂ ਨਾਲ ਪਰ ਜਿਹੜਾ ਤੇਰੇ ਨਾਲ ਉਹ ਹੋਰਾਂ ਨਾਲ ਨਹੀਂ ਕੁਝ ਅਜਹੀ ਹੀ ਕਹਾਣੀ ਹੈ ਚੰਡੀਗੜ੍ਹ ਦੇ ਵਿਜੇ ਕੁਮਰਾ ਹੁਣਾ ਦੀ ਅੱਜ ਵੈਲੈਂਟਾਈਨ ਡੇ ਹੈ ਤੇ ਵੈਲੈਂਟਾਈਨ ਡੇ ਤੇ ਤੁਹਾਨੂੰ ਜਗਬਾਣੀ ਉੱਪਰ ਇੱਕ ਸੱਚੇ ਇਨਸਾਨ ਦੀ ਸੱਚੇ ਪਿਆਰ ਦੀ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਡੇ ਨਾਲ ਵਿਜੇ ਕੁਮਰਾ ਜੀ ਵੀ ਮੌਜੂਦ ਨੇ ਤੇ ਨਾਲ ਉਹਨਾਂ ਦੇ ਵਾਈਫ ਵੀਨਾ ਵੀ ਮੌਜੂਦ ਨੇ ਵਿਜੇ ਕੁਮਰਾ ਜੀ ਤੁਸੀਂ ਤੇ ਤੁਹਾਡੇ ਵਾਈਫ ਵੀਨਾ ਪੂਰੀ ਦੁਨੀਆ ਹੁਣ ਜਾਣਦੀ ਹੈ ਕਿ ਤੁਹਾਡਾ ਪਿਆਰ ਜਿਹੜਾ ਹੈਗਾ ਉਹਨਾਂ ਨਾਲ ਦਿਲੋਂ ਤੇ ਰੂਹ ਨਾਲ ਜਿਹੜਾ ਹੈਗਾ ਤੁਸੀਂ ਕੀਤਾ ਤੇ ਉਸ ਪਿਆਰ ਨੂੰ ਜਿਹੜਾ ਹੈਗਾ ਅੱਜ ਹਰ ਇਨਸਾਨ ਦੇਖਦਾ ਵੀ ਹੈਗਾ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਤੁਹਾਡਾ ਦਿਲੋਂ ਇਹ ਰਿਸ਼ਤਾ ਹੈ ਤੁਸੀਂ ਸੰਗਮਰਮਰ ਦੀ ਬੇਸ਼ੱਕ ਲੋਕ ਇਸ ਨੂੰ ਮੂਰਤੀ ਕਹਿਣ ਪਰ ਇਸ ਦੇ ਨਾਲ ਤੁਹਾਡੇ ਇਮੋਸ਼ਨ ਤੇ ਫੀਲਿੰਗਸ ਜੁੜੀਆਂ ਹੋਈਆਂ ਨੇ ਅੱਜ ਵੈਲੈਂਟਾਈਨ ਡੇ ਐ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਵਾਈਫ ਦੇਖੋ ਗੱਲ ਇਹ ਐ ਮੈਂ ਤੇ ਇਹੀ ਕਹਿਣਾ ਚਾਹੂੰਗਾ ਵੀ ਜਿਸ ਵੇਲੇ ਤੁਸੀਂ ਕਿਸੇ ਦਾ ਕਲੇਜੇ ਦਾ ਟੁਕੜਾ ਅਗਨੀ ਸਾਹਮਣੇ ਧਾਨ ਲੈ ਕੇ ਆਨੇ ਹੋ ਉਸ ਧਾਨ ਦੀ ਕਦਰ ਕਰਦੇ ਆ ਉਸ ਨੂੰ ਪੂਰਾ ਤੋੜ ਤੱਕ ਨਭਾਣਾ ਚਾਹੀਦਾ ਅੱਜ ਮੇਰੇ ਅੱਛੇ ਅੱਛੇ ਦੋਸਤ ਯਾਰ ਮਿੱਤਰ ਜੱਜ ਵੀ ਨੇ ਉਹ ਦੱਸਦੇ ਆ ਵੀ 10 ਦਿਨ ਵੀ ਉਹ ਨਹੀਂ ਬੀਤਦੇ ਬੈਲਟ ਵੀ ਬਣਣੀ ਨਹੀਂ ਹਾਲੇ ਪੂਰੀ ਆਉਂਦੀ ਤੇ ਤਲਾਕ ਫਾਈਲ ਹੋਏ ਹੁੰਦੇ ਹੈ ਜਿਹੜਾ ਕਿ ਅੱਛਾ ਸਲੋਗਨ ਨਹੀਂ ਹੈ ਇਸ ਮੁਲਕ ਵਾਸਤੇ ਮੇਰੇ ਕਹਿਣ ਦਾ ਮਾਅ ਹਉ ਤਾਂ ਇਹੀ ਹੈ ਕਿ ਮੈਂ ਤਾਂ ਸਭ ਨੂੰ ਇਹੀ ਸੁਝਾਅ ਦੇਵਾਂਗਾ ਅਕਲ ਦੇਵਾਂਗਾ ਵੀ ਜਿਹਦੇ ਨਾਲ ਵੀ ਪਿਆਰ ਕਰੋ ਤੋੜ ਨਿਭਾਓ ਇਸ ਤਰ੍ਹਾਂ ਵਿੱਚ ਨਾ ਛੱਡੋ ਇੱਕ ਦੂਸਰੇ ਦਾ ਦਿਲ ਤੋੜਨ ਦਾ ਕਿਸੇ ਨੂੰ ਵੀ ਹੱਕ ਨਹੀਂ ਹੈ ਬਾਕੀ ਠੀਕ ਹੈ ਦੁਨੀਆ ਚੱਲ ਰਹੀ ਐ ਮੈਂ ਵੀ ਇੱਥੇ ਹੀ ਆ ਦੁਨੀਆ ਵੀ ਇੱਥੇ ਹੀ ਐ ਹਰ ਤਰ੍ਹਾਂ ਦੇ ਇਨਸਾਨ ਇੱਥੇ ਦੁਨੀਆ ਚ ਬਣਾ ਕੇ ਭੇਜੇ ਆ ਉਹਨੇ ਜੇ ਸਾਰੇ ਇੱਕੋ ਜਿਹੇ ਹੁੰਦੇ ਤਾਂ ਫਿਰ ਮੂਰਤੀਆਂ ਹੀ ਮੂਰਤੀਆਂ ਹੁੰਦੀਆਂ ਤੇ ਸਮਝ ਸਕਦੇ ਹੋ ਤੁਸੀਂ ਪਰ ਲੋਕਾਂ ਨੂੰ ਭਾਵੇਂ ਇਹ ਮੂਰਤੀ ਲੱਗੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਸੰਗਮਰਮਰ ਦਾ ਬੁੱਤ ਤੁਸੀਂ ਬਣਵਾਇਆ ਤੁਹਾਡੀਆਂ ਫੀਲਿੰਗਸ ਇਮੋਸ਼ਨਸ ਜੁੜੀਆਂ ਹੋਈਆਂ ਨੇ ਆਪਣੀ ਇਸ ਕਹਾਣੀ ਬਾਰੇ ਦੱਸੋ ਕਿ ਇਸ ਤਰ੍ਹਾਂ ਜੀ ਵੀ ਮੈਂ ਇਹਨੂੰ ਸਾਰਾ ਹਿੰਦੁਸਤਾਨ ਘਾਰਤੇ ਕੁਮਾ ਕੇ ਲਿਆਇਆ ਆਂਦੇ ਉਹ ਜੈਪੁਰ ਦੇ ਕੋਲ ਦੋਸਾ ਇੱਕ ਜਗਾ ਹੈ ਜਿੱਥੇ ਮੂਰਤੀਆਂ ਬਣਦੀਆਂ ਅਸੀਂ ਦੇਖੀਆਂ ਉੱਥੇ ਮੂਰਤੀਆਂ ਬਣਦੀਆਂ ਤੇ ਉੱਥੋਂ ਹੀ ਫਿਰ ਮੇਰੇ ਦਿਮਾਗ ਚਾਈ ਸੀ ਵੀ ਅਗਰ ਇਹ ਪਹਿਲਾਂ ਚਲੀ ਗਈ ਤਾਂ ਮੈਂ ਦਾ ਬੁੱਤ ਜ਼ਰੂਰ ਬਣਵਾ ਕੇ ਕੋਲ ਰੱਖਾਂਗਾ ਤੇ ਮੈਂ ਉਹ ਫਿਰ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਇਹ ਗਈ 17 ਤਰੀਕ ਨੂੰ ਇੱਥੋਂ ਦੋਸਾ ਚਲਾ ਗਿਆ ਜੋ ਵੀ ਉਹਨਾਂ ਨੇ ਮੇਰੇ ਕੋਲ ਮੰਗਿਆ ਪੈਸੇ ਜੋ ਕੁਝ ਵੀ ਤਰਦਦ ਹੋਈ ਮੈਂ ਉਹਨਾਂ ਨੂੰ ਦੇ ਦੂ ਕੇ ਆ ਗਿਆ ਇਹ ਫਿਰ 26 ਮਈ ਨੂੰ ਮੇਰੇ ਘਰ ਵਿਰਾਜਮਾਨ ਹੋ ਗਈ ਉਹ ਕਾਲਸ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਇਹ ਮਿੱਟੀ ਚ ਬਣੀ ਫਿਰ ਉਹ ਮਾਰਬਲ ਦੀ ਤਰਾਸੀ ਹੋਈ ਫਿਰ ਉਹ ਥੋੜਾ ਜਿਹਾ ਇਹਨੂੰ ਪੁਰੰਮਰ ਕਰਕੇ ਉਹਨਾਂ ਨੇ ਇਹਨੂੰ origignal position ਚ ਲਿਆਉਣ ਦੀ ਕੋਸ਼ਿਸ਼ ਕੀਤੀ ਲਾਸਟ ਤੁਸੀਂ ਦੇਖ ਸਕਦੇ ਹੋ ਇਹ ਇਹ ਸਾਲ ਚ ਆ ਗਈ ਇਹ ਇਟਲੀ ਤੋਂ ਕਲਰ ਆਏ ਸੀ ਇਹ ਇੱਥੇ ਕਲਰ ਮਿਲਦੇ ਨਹੀਂ ਐ ਨਾ ਮਾਰਬਲ ਤੇ ਕਲਰ ਹੁੰਦੇ ਤੇ ਜੋ ਵੀ ਮੈਂ ਤਰਦਤ ਔਰ ਮਿਹਨਤ ਕਰ ਸਕਦਾ ਸੀ ਇਹਦੇ ਵਾਸਤੇ ਪਿਆਰ ਵਾਸਤੇ ਮੈਂ ਕੀਤੀ ਹੈ ਵੈਲੈਂਟਾਈਨ ਡੇ ਅੱਜਕੱਲ ਬੱਚਿਆਂ ਦਾ ਮਤਲਬ ਇੱਕ ਤਿਹਾੜ ਬਣ ਗਿਆ ਸਾਡੇ ਵੇਲੇ ਤੇ ਨਹੀਂ ਸੀ ਹੁੰਦਾ ਸੱਚੀ ਗੱਲ ਤਾਂ ਇਹ ਹੈ ਕਿਉਂਕਿ ਸਾਨੂੰ 1972 ਤੋਂ ਲੈ ਕੇ ਅੱਜ ਤੱਕ ਅਗਰ ਸੋਚੀਏ ਤੇ ਮੇਰਾ ਖਿਆਲ ਹੈ 28 ਤੇ 22 60 ਸਾਲ ਬੀਤ ਚੁੱਕੇ ਹੈ ਇਸ ਕਹਾਣੀ ਨੂੰ ਮੇਰਾ ਖਿਆਲ ਹੈ ਵੈਲੈਂਟਾਈਨ ਇਹ 10 15 ਸਾਲ ਤੋਂ ਚਾਲੂ ਹੋਇਆ ਹੈ ਸਾਡੇ ਨਾਲ ਆਪਣੀਆਂ ਯਾਦਾਂ ਸ਼ੇਅਰ ਕਰੋ ਸਾਰੀਆਂ ਯਾਦਾਂ ਹੀ ਯਾਦਾਂ ਨੇ ਜੀ ਇਹਦੇ ਨਾਲ ਕੀ ਯਾਦ ਮੈਂ ਸ਼ੇਅਰ ਕਰਾਂ ਇਹਦੀ ਕੁਕਿੰਗ ਦੀ ਯਾਦ ਆਉਂਦੀ ਹੈ ਰੋਟੀ ਬਹੁਤ ਵਧੀਆ ਬਣਾਉਂਦੀ ਸੀ ਮੈਂ ਇਹਦੇ ਕੋਲ ਨੌਕਰੀ ਕੋਈ ਕਰਾਣੀ ਨਹੀਂ ਸੀ ਹਾਊਸ ਵਾਈਫ ਸੀਗੀ ਠੀਕ ਹੈ ਮੇਰਾ ਦਿਲ ਇਹਨ ਲਈ ਰੱਖਿਆ ਜ਼ਿੰਦਗੀ ਚ ਦੋ ਬੱਚੇ ਦਿੱਤੇ ਮੈਨੂੰ ਇੱਕ ਬੇਟੀ ਦਿੱਤੀ ਮੈਨੂੰ ਔਰ ਬਹੁਤ ਅੱਛੇ ਸੰਸਕਾਰ ਦਿੱਤੇ ਬੱਚਿਆਂ ਨੂੰ ਐਨੇ ਸੰਸਕਾਰੀ ਬੱਚੇ ਨੇ ਸ਼ਾਇਦ ਅੱਜ ਦੀ ਦੁਨੀਆ ਚ ਬੱਚੇ ਇਦਾਂ ਦੇ ਮਿਲਣ ਗਏ ਨਹੀਂ ਔਰ ਦਸੋ ਕੀ ਦੇ ਸਕਦੀ ਸੀ ਉਹ ਮੈਨੂੰ ਔਰ ਉਹ ਤੋਂ ਹੋਂ ਦੇ ਨਾਤੇ ਮੇਰ ਨਾਲ ਵਿਆਹ ਕਰਨ ਦੇ ਨਾਤੇ ਇੱਕ ਵਾਰ ਨੂੰ ਕੀ ਦੇ ਸਕਦੀ ਸੀ ਬਸ ਜੋ ਉਹ ਦੇ ਸਕਦੀ ਸੀ ਉਹਨੇ ਆਪਣਾ ਲੋਕ ਪੂਰਾ ਮੈਨੂੰ ਦਿੱਤਾ ਕਿਸੇ ਗੱਲ ਦੀ ਕਮੀ ਨਹੀਂ ਕਦੀ ਸਾਡੀ ਲੜਾਈ ਨਹੀਂ ਹੋਈ ਕਦੀ ਟੂ ਟੂ ਮੈਮੇ ਨਹੀਂ ਹੋਈ ਬਸ ਜ਼ਿੰਦਗੀ ਕੱਟ ਗਈ ਇਹ ਚਲੀ ਗਈ ਮੈਂ ਰਹਿ ਗਿਆ ਬਸ ਇਕੱਲਾ ਮਹਿਸੂਸ ਕਰਦੇ ਸੀ ਇਸ ਕਰਕੇ ਤੁਸੀਂ ਫਿਰ ਇਹ ਫੈਸਲਾ ਕੀਤਾ ਕਿ 24 ਘੰਟੇ ਨਾਲ ਰਹਿਣ ਉਸ ਵੇਲੇ ਤਾਂ ਇਕੱਲਾ ਹਾਲੇ ਗੱਲ ਹੋਈ ਹੋਈ ਨਹੀਂ ਸੀਗੀ ਕਿਉਂਕਿ ਇਹਨੂੰ ਗਿਆਨ ਨੂੰ ਹੀ ਹਾਲੇ 5-6 ਦਿਨ ਹੋਏ ਸੀਗੇ ਜਿਸ ਵੇਲੇ ਮੈਂ ਦੱਸਾ ਗਿਆ ਉਸ ਵੇਲੇ ਤੱਕ ਤਾਂ 5-6 ਦਿਨ ਚ ਤੁਮੇ ਕੀ ਕੱਲਾ ਹੋ ਜਾਣਾ ਸੀਗਾ ਕੱਲਾ ਤਾਂ ਮੈਂ ਹੁਣ ਹੋਇਆ ਆ ਕੇ ਇਹਨੂੰ ਲਿਆਣ ਤੋਂ ਬਾਅਦ ਜਿਸ ਵੇਲੇ ਬੋਲਦੀ ਨਹੀਂ ਹੈ ਨਹੀਂ ਹੁੰਦਾ ਇਹਦੀ ਕੋਈ ਆਵਾਜ਼ ਨਹੀਂ ਆਉਂਦੀ ਵਾਪਸ ਨਹੀਂ ਹੁੰਦੀ ਮੇਰੇ ਕੋਲ ਨਹੀਂ ਆਉਂਦੀ ਤਾਂ ਮੈਨੂੰ ਹੁਣ ਕੱਲਾਪਨ ਮਹਿਸੂਸ ਹੁੰਦਾ ਉਸ ਵੇਲੇ ਤਾਂ 2-4 ਦਿਨ ਦੇ ਵਿੱਚ ਮੈਨੂੰ ਕੀ ਕੱਲਾਪਨ ਮਹਿਸੂਸ ਹੋਣਾ ਸੀਗਾ ਬਾਕੀ ਠੀਕ ਹੈ ਦੁਨੀਆ ਹੈ ਚੱਲ ਰਹੀ ਹੈ ਮੇਰਾ ਰੂਟੀਨ ਕੀ ਰਹਿੰਦਾ ਹੈਗਾ ਤੁਹਾਡਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਹੁਣ ਤੁਸੀਂ ਭਾਵੇਂ ਇਹੇ ਦੁਨੀਆ ਚ ਨਹੀਂ ਹੈਗੇ ਪਰ ਤੁਹਾਡੇ ਫੀਲਿੰਗਸ ਇਮੋਸ਼ਨ ਇਹਨਾਂ ਨਾਲ ਨੇ ਪੂਰੇ ਦਿਨ ਦੇ ਵਿੱਚ ਕਿਵੇਂ ਗੱਲਾਂਬਾਤ ਸਾਰਾ ਦਿਨ ਦੇਖੋ ਮੇਰੇ ਵਿੱਚ ਹੀ ਰਹਿੰਦੀ ਹੈ ਇਹ ਮੇਰੇ ਤੋਂ ਬਾਹਰ ਨਹੀਂ ਨਿਕਲਦੀ ਮੈਂ ਵੀ ਝੂਠ ਬੋਲਾਂ ਤੇ ਮੇਰੇ ਅੰਦਰ ਹੀ ਰਹਿੰਦੀ ਹੈ ਮੈਨੂੰ ਇਹਨੂੰ ਦੁਨੀਆ ਪਰਦੇਸ਼ ਸ਼ਾਪਿੰਗ ਦਾ ਬਹੁਤ ਸ਼ੌਕ ਸੀ ਘੁੰਮਣ ਦਾ ਬਹੁਤ ਸ਼ੌਕ ਸੀ ਔਰ ਉਦਾਂ ਦਾ ਹੀ ਉਹਨੂੰ ਆਦਮੀ ਵੀ ਮਿਲ ਗਿਆ ਜਿਹੜੇ ਨੂੰ ਰੱਜ ਕੇ ਕਮਾਇਆ 18 ਕੰਟਰੀਆਂ ਨੂੰ ਕਮਾਏ ਔਰ ਇੱਧਰ ਆਬੂਦਾਬੀ ਸਿੰਗਾਪੁਰ ਸਾਰੇ ਇੱਧਰ ਸਾਰਾ ਯੂਰਪ ਸਾਰਾ ਘੁਮਾਇਆ ਇਹਨੂੰ ਤੇ ਇੰਗਲੈਂਡ 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 ਤੇ 6 ਵਾਰੀ ਗਈ ਹੈ ਇੰਡੀਆ ਦਾ ਸਾਰਾ ਹੀ ਘੁੰਮ ਕੇ ਆਇਆ ਇਹ ਤਾਹੀਂ ਤੇ ਇਹ ਬੁੱਤ ਖੜਾ ਹੈ ਔਰ ਮੈਨੂੰ ਤਾਂ ਲੱਗਦਾ ਜਿਸ ਵੇਲੇ ਦੋਸਾਲ ਲੈਨੇ ਮੈਨੂੰ ਮੋੜਿਆ ਸੀਗਾ ਉਸ ਵੇਲੇ ਇਸ ਦੀ ਨੀਉ ਰੱਖੀ ਗਈ ਸੀ ਮੂਰਤੀ ਦੀ ਕਿਉਂਕਿ ਜੇ ਵਾਪਸ ਅਸੀਂ ਤਾਜ ਮਹਿਲ ਦਾ ਇਹ ਕਹਿੰਦੀ ਹੋਣੀ ਤਾਂ ਅਸੀਂ ਤਾਂ ਸਿੱਧੇ ਘਰ ਆ ਜਾਣਾ ਸੀਗਾ ਦੋਸਾਲ ਦੇਖਣਾ ਕਿਨੇ ਸੀਗਾ બસ ਇਸੇ ਤਰ੍ਹਾਂ ਚੱਲਦੀ ਐ ਹੁਣ ਦੁਨੀਆ ਜੇ ਤੁਸੀਂ ਤਾਜ ਮਹਿਲ ਗਏ ਉਦੋਂ ਤੁਹਾਡੇ ਮਨ ਚ ਕਲਿੱਕ ਕਰ ਗਈ ਹੈ ਨਹੀਂ ਤਾਜ ਮਹਿਲ ਮੈਂ ਬਣਾ ਹੀ ਨਹੀਂ ਸਕਦਾ ਮੇਰੇ ਕੋ ਕਿਹੜੇ ਕੋਈ ਪੈਸੇ ਨਾਲੇ ਤਾਜ ਮਹਿਲ ਕਿਹੜਾ ਸ਼ਾਹ ਜਹਾਂ ਨੇ ਆਪ ਬਣਾਇਆ ਉਹ ਤਾਂ ਮੂਲਾ ਨੇ ਖੋਇਆ ਆ ਕੇ ਜੈਪੁਰ ਦੇ ਰਾਜੇ ਨੇ ਬਣਵਾਇਆ ਸੀ 23000 ਆਦਮੀ ਲਾ ਕੇ ਉਸ ਨੇ 23 ਸਾਲ ਲੱਗੇ ਉਸ ਤਾਜ ਮਹਿਲ ਨੂੰ ਬਣਨ ਨੂੰ ਉਦੋਂ ਵੀ ਟੈਕਨੋਲੋਜੀ ਦੇਖ ਲਓ ਕਿੰਨੀ ਐਡਵਾਂਸ ਸੀ ਇਹਦਾ ਮੂਲਾ ਨੇ ਆ ਕੇ ਬਿਲਡਿੰਗਾਂ ਖੋਲੀਆਂ ਲੋ ਤੁਸੀਂ ਮੰਦਰ ਦੇਖ ਲਓ ਅਕਸ਼ਰ ਦਾ ਕਿਸ ਤਰ੍ਹਾਂ ਟਾਇਆ ਕਿਸ ਤਰ੍ਹਾਂ ਯਮਨਾ ਦੇ ਕਿਨਾਰੇ ਪਈਆਂ ਸਾਰਾ ਮਲਬਾ ਅੱਜ ਵੀ ਪਿਆ ਮੰਦਿਰ ਬੇਸ਼ੱਕ ਬਣਾਤਾ ਬਲਬ ਭਾਈ ਪਟੇਲ ਨੇ 94 ਚ ਖੋਲ ਦਿੱਤਾ ਸੀ ਮੰਦਿਰ ਉਹ ਤੁਸੀਂ ਇਹ ਸੋਚੀਏ ਨਾ ਵੀ ਆਪਾਂ ਸ਼ਾਹਜਹਾਂ ਨੇ ਮੁਮਤਾਜ਼ ਦਾ ਬਣਾਇਆ ਮੁਮਤਾਜ਼ੀ ਦਾ ਤਾਜ ਮੇ ਬਣਾ ਨਹੀਂ ਗਲਤ ਹੈ ਇਹ ਤੁਸੀਂ ਹਿਸਟਰੀ ਪੜੋ ਕਿਤਾਬਾਂ ਪੜੋ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿਸ ਨੇ ਬਣਵਾਇਆ ਤਾਜ ਮੈਂ ਉਹ ਤਾਂ ਕਬਜ਼ਾ ਕਰ ਲਿਆ ਉਹਨੇ ਬਦਮਾਸ਼ੀ ਸੀ ਉਹਨਾਂ ਦੀ ਮੋਲਾਂ ਦੀ ਜਹਾਂਗੀਰ ਬਾਬਰ ਅਕਬਰ ਹਮਾਇੂ ਸਾਰੇ ਮਾਰਦੇ ਹੀ ਆਏ ਹਿੰ ਕੋਈ ਇਹਨਾਂ ਨੇ ਕਸਰ ਤਾਂ ਛੱਡੀ ਹੋਈ ਨਹੀਂ ਅੱਛਾ ਜੀ ਜੀ ਤੁਸੀਂ ਗੱਲ ਕੀਤੀ ਕਿ ਤੁਹਾਡੇ ਬੱਚੇ ਵੀ ਹਨ ਪਰ ਫਿਰ ਵੀ ਤੁਸੀਂ ਇਕੱਲਾ ਮਹਿਸੂਸ ਕਰਦੇ ਹੋ ਉਹ ਕਿੱਥੇ ਰਹਿੰਦੇ ਨੇ ਮਿਲਦੇ ਨੇ ਕਦੋਂ ਆਉਂਦੇ ਨੇ ਆਉਂਦੇ ਆ ਜੀ ਮੇਰੇ ਕੋਲ ਵੱਡੇ ਵਾਲਾ ਬੇਟਾ ਹਫਤੇ ਚ ਇੱਕ ਦੋ ਵਾਰੀ ਚੱਕਰ ਲਾ ਜਾਂਦਾ ਉਦੋਂ ਵੀ ਆਪਣਾ ਕੰਮ ਹੈ ਕਾਰੋਬਾਰ ਹੈ ਉਹ ਹਾਰਡਵੇਅਰ ਦਾ ਹੀ ਕੰਮ ਕਰਦਾ ਮੇਰੀ ਉਹ ਜਿਸ ਤਰ੍ਹਾਂ ਮੇਰੀ ਲਾਈਨ ਸੀ ਉਹ ਹੀ ਸਪਲਾਈ ਕਰਦਾ ਲੇਕਿਨ ਮੈਂ ਫਿਰ ਉਹਨੂੰ ਬੋਤਾ ਤੰਗ ਨਹੀਂ ਕਰਦਾ ਵੀ ਠੀਕ ਹੈ ਮੇਰੇ ਵਾਸਤੇ ਆ ਵਾਕਰ ਦੇਖੋ ਤੁਸੀਂ ਉਹਨੂੰ ਪਤਾ ਲੱਗਾ ਵੀ ਇਹਨੂੰ ਚੱਲਣ 'ਚ ਦਿੱਕਤ ਆ ਰਹੀ ਹੈ ਉਸ ਵੇਲੇ ਵਾਕਰ ਲਿਆ ਕੇ ਮੈਨੂੰ ਕਰ ਛੱਡ ਕੇ ਗਿਆ ਹੋਰ ਬੱਚੇ ਮੇਰਾ ਕੀ ਕਰ ਸਕਦੇ ਐ ਮੈਨੂੰ ਤੁਸੀਂ ਕੀ ਦੱਸੋ ਨਾ ਪੈਸਿਆਂ ਦੀ ਮੈਨੂੰ ਲੋੜ ਪਵੇ ਤਾਂ ਪੈਸੇ ਵੀ ਦੇ ਦਿੰਦੇ ਐਸੀ ਕੋਈ ਗੱਲ ਨਹੀਂ ਹੈ ਉਹ ਛੋਟੇ ਵਾਲੇ ਇੰਗਲੈਂਡ ਵਾਲਿਆਂ ਦਾ ਪਤਾ ਨਹੀਂ 50 ਲੱਖ ਰੁਪਈਆ ਦਿੱਤਾ ਹੁਣ ਮੈਨੂੰ ਇਹ ਸ਼ੇ ਮਤਲਬ ਪੀਰੀਅਡ ਦੇ ਵਿੱਚ ਇਹ ਦੇ ਮਰਨ ਤੋਂ ਬਾਅਦ ਇਹ ਦੇ ਮਰਨ ਤੇ ਵੀ ਉਹਨੇ ਬੜਾ ਪੈਸਾ ਦਿੱਤਾ ਹੈ ਕੈਮੋ ਲਗੀਆਂ ਨੂੰ 29 29 ਕੈਮੋ ਕਹਿ ਦੇਣਾ ਹੁੰਦਾ ਹੈ ਅੱਛਾ ਕੈਂਸਰ ਸੀ ਮੈਮ ਨੂੰ ਹਾਂ ਬਲੱਡ ਕੈਂਸਰ ਸੀ ਹਾਂ ਬਹੁਤ 2012 ਦੇ ਵਿੱਚ ਡਾਇਗਨੋਸ ਹੋਇਆ ਸੀ ਔਰ 2019 ਚ ਦੀ ਮੌਤ ਹੋਈ ਹੈ ਤੇ ਇਹ ਲੋ ਵੀ ਕਿਨੇ ਸਾਲ ਲੜਦੀ ਰਹੀ ਇੱਕ ਵਾਰੀ ਵੀ ਮੱਥੇ ਤੇ ਸ਼ਿਕਨ ਨਹੀਂ ਹੈ ਉਹ ਫੋਟੋ ਜਿੱਥੇ ਉਹ ਬੁੱਤ ਬਣਿਆ ਉਹ 10 ਦਿਨ ਪਹਿਲਾਂ ਦੀ ਹੈ ਮਰਨ ਤੋਂ ਕੋਈ ਕਹਿ ਸਕਦਾ ਇਸ ਔਰਤ ਨੂੰ ਕੈਂਸਰ ਸੀਗਾ ਦੱਸੋ ਤੁਸੀਂ ਕੋਈ ਇਹਦਾ ਬਾਲ ਨਹੀਂ ਝੜਿਆ ਕੰਮ ਉਹਨਾਂ ਤੁਸੀਂ ਦੇਖੋ ਦੁਨੀਆ ਛਾ ਪਹਿਲਾ ਸਵਾਲ ਪੁੱਛਦੀ ਇਹ ਤਾਂ ਗੰਜੀ ਹੋ ਗਈ ਹੋਣੀ ਹੈ ਮੈਂ ਕਿਹਾਦਾ ਇੱਕ ਵੀ ਬਾਲ ਨਹੀਂ ਉੱਤਰਿਆ ਇਸੇ ਦਾ ਨਹੀਂ ਹੈ ਬਾਲ ਉਹਦੇ ਸਾਰੇ ਮੈਂ ਲਤੇ ਡਾਈਡੂ ਵੀ ਕਰਦੀ ਹੁੰਦੀ ਸੀ ਕਿ ਫਿਰ ਮੈਂ ਡਾਈ ਕਰਨੀ ਬੰਦ ਕਰਤੀ ਫਿਰ ਇਹਨੇ ਮੈਨੂੰ ਦੇਖ ਕੇ ਬੰਦ ਕਰਤੀ ਵੀ ਇਹ ਨਹੀਂ ਕਰਦਾ ਤਾਂ ਮੈਂ ਕਿਉਂ ਕਰਾਂ ਤੁਹਾਡੇ ਦੋਨਾਂ ਦੇ ਇੱਕ ਦੂਜੇ ਨਾਲ ਇਮੋਸ਼ਨ ਜੁੜੇ ਹੋਏ ਸੀ ਤੁਸੀਂ ਲਿਖਦੇ ਵੀ ਹੈਗੇ ਹੋ ਤੁਸੀਂ ਕਿਤਾਬਾਂ ਵੀ ਬਹੁਤ ਲਿਖੀਆਂ ਨੇ ਲਿਖੀਆਂ ਮੈਂ ਮੈਂ ਗਾਉਂਦਾ ਵੀ ਸੀ ਜੀ ਮੈਂ ਇਹਨੂੰ ਮਰਨ ਤੋਂ 3 ਮਹੀਨੇ ਪਹਿਲਾਂ ਇੱਥੇ ਰੋਜ਼ 1 ਘੰਟਾ ਮੇਰੀ ਇਹਦੇ ਨਾਲ ਮਤਲਬ ਗਾਣਿਆਂ ਦੀ ਮਹਿਫਿਲ ਜੰਮਦੀ ਸੀ ਜੁਗਲਬੰਦੀ ਚੱਲਦੀ ਤੋਂ ਨਹੀਂ ਇਹ ਜੁਗਲਬੰਦੀ ਨਹੀਂ ਇਹ ਨਹੀਂ ਸੀ ਗਾਉਂਦੀ ਲੇਕਿਨ ਮੈਂ ਗਾਉਂਦਾ ਸੀਗਾ ਤੇ ਮੈਂ ਵੈਸੇ ਹੁਣ ਇਹ ਗਾਣਾ ਤੁਹਾਨੂੰ ਗਾ ਕੇ ਥੋੜਾ ਸੁਣਾ ਵੀ ਦੇਣਾ ਤੁਸੀਂ ਲਿਖਿਆ ਨਹੀਂ ਮੈਂ ਨਹੀਂ ਲਿਖਿਆ ਇਹ ਫਿਲਮ ਮੇਲਾ ਦਾ ਗਾਣਾ ਹੈ ਓਕੇ ਡੈਡੀਕੇਟ ਕਰਨਾ ਚਾਹੁੰਦਾ ਹਾਂ ਹਾਂ ਡੈਡੀਕੇਟ ਹੀ ਦੇ ਐਦਾਂ ਗਾਣਾ ਹੈ ਅੱਜ ਵੈਲੈਂਟਾਈਨ ਡੇ ਹੈ ਤੁਸੀਂ ਡੈਡੀਕੇਟ ਕਰ ਰਹੇ ਹੋ ਇਹ ਜ਼ਿੰਦਗੀ ਕੇ ਮੇਲੇ ਇਹ ਜ਼ਿੰਦਗੀ ਕੇ ਮੇਲੇ ਦੁਨੀਆ ਮੈਂ ਕਮ ਨਾ ਹੋਣਗੇ ਅਫਸੋਸ ਹਮ ਨਾ ਹੋਣਗੇ ये जिंदगी के मेले जिंदगी के मेले दुनिया में काम ना होंगे अफसोस हम ना होंगे एक दिन पड़ेगा जाना क्या वक्त क्या ज़माना कोई ना साथ देगा सब कुछ यहीं रहेगा जाएंगे हम अकेले ये जिंदगी के मेले ये जिंदगी के मेले दुनिया है मौज दरिया कतरे के जिंदगी क्या पानी में मिल के पानी अंजाम ये के पानी दम भरत तो सांस ले ले जिंदगी के मेले होंगी यही बहारें उल्फत की यादगारें बिगड़ेगी और बनेगी दुनिया यही रहेगी होंगे यही झमेले ये जिंदगी के मेले दुनिया में कम न होंगे अफसोस हम न होंगे अफसोस हम न होंगे ਵਿਜੇ ਜੀ ਜਿਵੇਂ ਤੁਸੀਂ ਲਿਖਦੇ ਵੀ ਹੈਗੇ ਹੁਣ ਤੁਸੀਂ ਗਾਣਾ ਵੀ ਜਿਹੜਾ ਹੈਗਾ ਉਹ ਗਾ ਕੇ ਹਨਾ ਤੁਸੀਂ ਆਪਣੇ ਇਮੋਸ਼ਨ ਫੀਲਿੰਗਸ ਜਿਹੜੀਆਂ ਹੈਗੀਆਂ ਉਹ ਦਿਖ ਰਹੀਆਂ ਹੈਗੀਆਂ ਨੇ ਕੁਝ ਵੈਲੈਂਟਾਈਨ ਡੇ ਤੇ ਤੁਸੀਂ ਜਦੋਂ ਤੁਹਾਡੇ ਨਾਲ ਹੁੰਦੇ ਸੀ ਕੁਝ ਉਦੋਂ ਵੀ ਇਹ ਚੱਲਦਾ ਸੀ ਜਾਂ ਘੁੰਮ ਨਹੀਂ ਉਦੋਂ ਜਾਂਦੇ ਸੀ ਤੁਸੀਂ ਨਹੀਂ ਨਹੀਂ ਅਸੀਂ ਘੁੰਮਦੇ ਹੀ ਸੀ ਜੀ ਸਾਡੇ ਵੈਲੈਂਟਾਈਨ ਦੇ ਸਾਨੂੰ ਪਤਾ ਹੀ ਨਹੀਂ ਸੀ ਘੁੰਮਦਾ ਵੀ ਹੁੰਦਾ ਕੀ ਹੈ ਸੱਚੀ ਗੱਲ ਤਾਂ ਉਹ ਹੁੰਦਾ ਸੀ ਆ ਪਿਛਲੇ ਦੋ ਤਾਰ ਪੰਜ ਦਿਨ ਦੀਆਂ ਜਿੰਨੀਆਂ ਇੰਟਰਵਿਊ ਹੋਈਆਂ ਸਾਰੀਆਂ ਵੈਲੈਂਟਾਈਨ ਦੇਤੇ ਹੋਈਆਂ ਇੱਕ ਮੈਂ ਤੁਹਾਡੇ ਹਮਦਰਦ ਦੇ ਦੇ ਹੈਗੇ ਜਗਮੀਤ ਜੀ ਉਹਨਾਂ ਨੇ ਵੀ ਦੋ ਬੰਦੇ ਭੇਜੇ ਮਤਲਬ ਕੁਲੇ ਡੀ ਆਈ ਸੀ ਕੀ ਉਹ ਕਰਕੇ ਗਈ ਹੈ ਤੇ ਮਤਲਬ ਮੈਂ ਤੇ ਇਹੀ ਗੱਲ ਕਹਿ ਸਕਦਾ ਵੀ ਯਾਦਾਂ ਹੀ ਨੇ ਜਿੰਨੇ ਹੁੰਦਾ ਜਿੰਨੇ ਪਿਆਰ ਕਰਨਾ ਉਹਦੇ ਲਈ ਹਰ ਦਿਨ ਵੈਲੈਂਟਾਈਨ ਹੈ ਵੈਲੈਂਟਾਈਨ ਦੇ ਪਿਆਰੀ ਹੈ ਤੇ ਬਾਕੀ ਠੀਕ ਹੈ ਅੱਜ ਕੱਲ ਦੀ ਦੁਨੀਆ ਜਿਸ ਤਰ੍ਹਾਂ ਵੀ ਚੱਲ ਰਹੀ ਹੈ ਨੂੰ ਚੱਲਣ ਦਿਓ ਆਪਾਂ ਜੋ ਸੰਦੇਸ਼ ਆ ਦੇ ਸਕਦੇ ਸਿੱਧੇ ਤੱਕ ਕਿਸੇ ਨੇ ਮੰਨਣਾ ਮੰਨੇ ਨਹੀਂ ਮੰਨਣਾ ਆਪਣੀ ਮਰਜ਼ੀ ਕਰੇ ਹੋਰ ਕੀ ਕਰ ਸਕਦੇ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਕਹਾਣੀ ਹੈਗੀ ਹੈ ਇੱਕ ਸੱਚੇ ਇਨਸਾਨ ਦੀ ਸੱਚੇ ਇਨਸਾਨ ਦੀ ਰੂਹ ਦੀ ਉਸਦੇ ਇਮੋਸ਼ਨਸ ਦੀ ਤੇ ਇਹ ਵਿਜੇ ਕੁਮਰਾ ਹੋਣਾ ਦੇ ਇਮੋਸ਼ਨਸ ਹੀ ਹਨ ਕਿ ਅੱਜ ਉਹਨਾਂ ਦੀ ਵਾਈਫ ਬੀਨਾ ਕੁਮਰਾ ਜਿਹੜੇ ਹਨ ਉਹ ਉਹਨਾਂ ਦੇ ਨਾਲ ਪਾਵੇਂ ਫਿਜ਼ੀਕਲ ਰੂਪ ਦੇ ਵਿੱਚ ਮੌਜੂਦ ਨਹੀਂ ਹਨ ਲੇਕਿਨ ਅੱਜ ਵੀ ਉਹ ਉਹਨਾਂ ਦੇ ਨਾਲ ਮੌਜੂਦ ਹਨ ਉਹਨਾਂ ਦੇ ਨਾਲ ਦਿਨ ਭਰ ਗੱਲਾਂ ਕਰਦੇ ਹਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਭਾਵੇਂ ਇਹ ਸੰਗਮਰਮਰ ਦਾ ਬੁੱਤ ਤੁਹਾਨੂੰ ਲੱਗ ਰਿਹਾ ਹੋਵੇਗਾ ਪਰ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਇਹਨਾਂ ਦਾ ਨਾਮ ਦਰਜ ਹੋਇਆ ਹੈਗਾ ਦੱਸ ਦਈਏ ਕਿ ਵਰਲਡਵਾਈਜ਼ ਇਸ ਤੋਂ ਇਲਾਵਾ ਹੋਰ ਵੀ ਜਿਹੜੀ ਮਾਰਬਲ ਅ ਸਟੈਚੂ ਬਿਲਟ ਇਨ ਦਾ ਮੈਮਰੀ ਆਫ ਬੀ ਲਵਡ ਵਾਈਫ ਜਿਹੜੇ ਹੈਗੇ ਹਾਈ ਰੇਂਜ ਬੁੱਕ ਆਫ ਵਰਲਡ ਰਿਕਾਰਡਸ ਉਸ ਦੇ ਵਿੱਚ ਨਾਮ ਜਿਹੜਾ ਹੈਗਾ ਇਹਨਾਂ ਦਾ ਦਰਜ ਹੈਗਾ ਵਿਜੇ ਕੁਮਰਾ ਹੁਣੀ ਪੰਜ ਕਿਤਾਬਾਂ ਲਿਖ ਚੁੱਕੇ ਹਨ ਅ ਇਸੇ ਉੱਪਰ ਜ਼ਿੰਦਗੀ ਉੱਪਰ ਤੇ ਵਿਜੇ ਕੁਮਰਾ ਹੁਣੀ ਸਪੋਰਟਸ ਪਰਸਨ ਵੀ ਰਹਿ ਚੁੱਕੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਪਲ ਆਪਣੀ ਵਾਈਫ ਦੇ ਨਾਲ ਵਧੀਆ ਤਰੀਕੇ ਦੇ ਨਾਲ ਗੁਜ਼ਾਰਿਆ ਹੈ ਤੇ ਅੱਜ ਵੀ ਉਹ ਆਪਣੀ ਵਾਈਫ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਨੇ ਭਾਵੇਂ ਅੱਜ ਵੈਲੈਂਟਾਈਨ ਡੇ ਹੈ ਪਰ ਉਹਨਾਂ ਨੇ ਗਾਣਾ गा ਕੇ ਜਿਹੜਾ ਹੈਗਾ ਇੱਕ ਗਾਣਾ ਡੈਡੀਕੇਟ ਜ਼ਰੂਰ ਆਪਣੀ ਵਾਈਫ ਵੀਨਾ ਨੂੰ ਕੀਤਾ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਮਿਤ ਦੇ ਨਾਲ ਜਗਬਾਣੀ ਲਈ ਵਰਨਪੱਤ